ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਮੇਰੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਿਦਿਆਰਥੀਓ, ਇਹ ਜੋ ਮੈਂ ਵੀਡੀਓ ਬਣਾ ਰਿਹਾ ਹਾਂ, ਇਹ 9th ਕਲਾਸ ਅਤੇ 10th ਕਲਾਸ ਦੇ ਸਟੂਡੈਂਟਸ ਲਈ ਰਹੀ ਹੈ ਜੀ, ਅਤੇ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਜੋ ਸਟੂਡੈਂਟਸ ਹਨ, ਉਹਨਾਂ ਦੇ ਲਈ ਅਲੱਗ ਵਿੱਚ ਵੀਡੀਓ ਵਿੱਚ ਦੱਸਿਆ ਜਾਏਗਾ ਕਿ ਜੋ ਕੰਪੀਟੈਂਸੀ ਐਗਜ਼ਾਮ ਦੀ OMR ਸ਼ੀਟ ਹੈ, ਉਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਉਸਨੂੰ ਕਿਸ ਤਰ੍ਹਾਂ ਭਰਨਾ ਹੈ ਜੀ। ਅਤੇ ਇਹ ਆਪਣੇ ਕੋਲ ਜੋ ਪ੍ਰੈਕਟਿਸ ਟੈਸਟ 1 ਹੈ, ਜੋ ਕਿ ਤੁਹਾਡਾ 20 ਅਗਸਤ ਨੂੰ ਹੋਣ ਜਾ ਰਿਹਾ ਹੈ, ਇਹ ਇਸ ਦੇ ਰਿਲੇਟਡ ਵੀਡੀਓ ਬਣ ਰਹੀ ਹੈ ਜੀ। 20 ਅਗਸਤ ਨੂੰ ਜੋ ਤੁਹਾਡਾ ਐਗਜ਼ਾਮ ਹੋਣਾ ਹੈ, ਉਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ OMR ਸ਼ੀਟ ਨੂੰ ਭਰਨਾ ਹੈ, ਇਸ ਦੇ ਵਿੱਚ ਜੋ ਤੁਹਾਡੀਆਂ ਸ਼ੀਟਾਂ ਆਈਆਂ ਹੋਈਆਂ ਹਨ, ਉਹ ਵਿੱਚ ਉਸ ਦੇ ਵਿੱਚ ਆਪਣੇ ਕੋਲ ਜੋ ਸ਼ੀਟ ਨੰਬਰ 1 ਅਤੇ 2, ਇਸ ਦੇ ਵਿੱਚੋਂ ਹੀ ਪੇਪਰ ਪੂਰਾ ਆਉਣਾ ਹੈ। ਇਸ ਲਈ ਸਾਰੇ ਬੱਚਿਆਂ ਨੇ ਪਹਿਲੀਆਂ 2 ਸ਼ੀਟਾਂ ਜੋ ਹਨ, ਪ੍ਰੈਕਟਿਸ ਸ਼ੀਟ 1 ਅਤੇ ਪ੍ਰੈਕਟਿਸ ਸ਼ੀਟ ਜੋ 2 ਹੈ, ਇਹ 2 ਹੀ ਸ਼ੀਟਾਂ ਦੀ ਤਿਆਰੀ ਕਰਨੀ ਹੈ। ਪ੍ਰੈਕਟਿਸ ਸ਼ੀਟ ਜੋ 3 ਅਤੇ 4 ਹਨ, ਹਜੇ 3 ਸ਼ੀਟ ਆ ਚੁੱਕੀ ਹੈ, 4ਥੀ ਸ਼ੀਟ ਹਜੇ ਆਉਣੀ ਹੈ, ਬਟ ਜੋ ਪ੍ਰੈਕਟਿਸ ਸ਼ੀਟ ਪਹਿਲੇ ਟੈਸਟ ਦੇ ਵਿੱਚ 20 ਅਗਸਤ ਦਾ ਜੋ ਤੁਹਾਡਾ ਪੇਪਰ ਹੋਣਾ ਹੈ, ਉਸ ਦੇ ਵਿੱਚ ਸਿਰਫ ਤੁਸੀਂ ਪ੍ਰੈਕਟਿਸ ਸ਼ੀਟ 1 ਅਤੇ 2 ਹੀ ਜੋ ਹੈ ਉਹ ਤਿਆਰ ਕਰਨੀਆਂ ਹਨ, ਸਾਰੇ ਹੀ ਵਿਸ਼ਿਆਂ ਦੀਆਂ। ਕਿਹੜੇ ਕਿਹੜੇ ਵਿਸ਼ੇ ਹਨ ਆਪਣੇ ਕੋਲ? ਪੰਜਾਬੀ, ਮੈਥ, ਸਾਇੰਸ ਅਤੇ SS, ਚਾਰੇ ਹੀ ਵਿਸ਼ਿਆਂ ਦੀਆਂ ਪਹਿਲੀਆਂ 2 ਸ਼ੀਟਾਂ ਜੋ ਹਨ, ਉਹ ਤੁਸੀਂ ਤਿਆਰ ਕਰਨੀਆਂ ਹਨ, ਅਤੇ ਇਸ ਦੇ ਵਿੱਚੋਂ ਹੀ ਤੁਹਾਨੂੰ ਜੋ ਸਾਰਾ ਪੇਪਰ ਹੈ, ਜੋ ਪਹਿਲਾ ਪੇਪਰ ਆਪਣਾ 20 ਅਗਸਤ ਨੂੰ ਆਉਣਾ ਹੈ, ਇਹ 2 ਸ਼ੀਟਾਂ ਦੇ ਵਿੱਚੋਂ ਹੀ ਆਉਣਾ ਹੈ, ਅਤੇ ਟੋਟਲ ਕੁਸ਼ਚਨ ਤੁਹਾਨੂੰ ਆਉਣਗੇ 80 ਕੁਸ਼ਚਨ, ਉਹ ਤੁਹਾਨੂੰ ਸਾਰਾ ਕੁਛ ਅੱਗੇ ਦੱਸਿਆ ਜਾਏਗਾ। ਅਤੇ ਦੇਖੋ ਆਪਾਂ ਜੋ ਕੰਪੀਟੈਂਸੀ ਇਨਹਾਂਸ ਪ੍ਰੋਗਰਾਮ ਦੀ ਜੋ OMR ਸ਼ੀਟ ਹੈ, ਉਹ ਕਿਸ ਤਰ੍ਹਾਂ ਭਰਨੀ ਹੈ। ਇਸ ਦੇ ਵਿੱਚ ਲਿਖਿਆ ਹੈ ਵੀ ਕੀ ਆਪਾਂ ਯੂਜ਼ ਕਰਨਾ ਹੈ, ਯੂਜ਼ ਓਨਲੀ ਬਲੈਕ ਔਰ ਬਲੂ ਬਾਲ ਪੈਨ, ਆਪਾਂ ਬਾਲ ਪੈਨ ਯੂਜ਼ ਕਰਨਾ ਹੈ, ਜੈੱਲ ਪੈਨ ਜਾਂ ਪੈਨਸਲ ਨੂੰ ਯੂਜ਼ ਨਹੀਂ ਕਰਨਾ ਹੈ। ਇਸ ਜਗ੍ਹਾ 10th ਕਲਾਸ ਲਿਖਿਆ ਹੈ, 9ਵੀਂ ਕਲਾਸ ਦੇ ਲਈ ਵੀ ਸੇਮ ਇਸੇ ਤਰ੍ਹਾਂ ਦੀ ਹੀ ਸ਼ੀਟ ਆਏਗੀ, ਅਤੇ 9ਵੀਂ ਕਲਾਸ ਵਾਲੇ ਬੱਚਿਆਂ ਲਈ ਇੱਥੇ 9th ਲਿਖਿਆ ਹੋਏਗਾ, ਬਟ ਦੋਵਾਂ ਦੀ ਜੋ ਸ਼ੀਟ ਹੈ 9ਵੀਂ ਅਤੇ 10ਵੀਂ ਦੀ, ਉਹ ਇੱਕੋ ਜਿਹੀ ਹੈ। ਅਤੇ ਸੁਣ, ਜੋ ਆਪਾਂ ਡਾਰਕ ਕਰਨੇ ਹਨ, ਜੋ ਸਰਕਲਸ ਡਾਰਕ ਕਰਨੇ ਹਨ, ਉਹ ਲਿਖਿਆ ਹੋਇਆ ਕਿ ਕਰੈਕਟ ਵੇ ਆਫ ਮਾਰਕਿੰਗ ਦਾ ਆਨਸਰ, ਆਨਸਰ ਕਿਸ ਤਰ੍ਹਾਂ ਹੈ, 4-4 ਆਪਸ਼ਨਸ ਹਨ, ਅਤੇ 1 ਆਪਸ਼ਨ ਨੂੰ ਟਿਕ ਕਰਨਾ ਹੈ, ਜਿਹੜੀ ਆਪਸ਼ਨ ਤੁਹਾਨੂੰ ਸਹੀ ਲੱਗਦੀ ਹੈ ਉਸਨੂੰ ਬਿਲਕੁਲ ਤੁਸੀਂ ਡਾਰਕ ਕਰਨਾ ਇਸ ਤਰ੍ਹਾਂ, ਅਤੇ ਇਹ ਜੋ ਹੈ ਆਪਣੇ ਕੋਲ ਰੋਂਗ ਵੇ ਹਨ। ਇਸ ਤਰ੍ਹਾਂ ਆਪਾਂ ਕਿਸੇ ਵੀ ਜੋ ਸਰਕਲ ਹੈ ਉਸਨੂੰ ਡਾਰਕ ਨਹੀਂ ਕਰਨਾ ਹੈ, ਪੂਰੀ ਤਰ੍ਹਾਂ ਹੀ ਉਸਨੂੰ ਡਾਰਕ ਕਰਨਾ ਹੈ। ਅਤੇ ਹੁਣ ਸੁਣ, ਕਿਹੜੀ ਕਿਹੜੀ ਚੀਜ਼ ਆਪਾਂ ਲਿਖਣੀ ਹੈ ਜੀ ਇਸ ਦੇ ਵਿੱਚ, ਦੇਖੋ ਆਪਣੇ ਕੋਲ, ਅਤੇ ਸਭ ਤੋਂ ਪਹਿਲਾਂ ਸੁਣ, ਇਸ ਜਗ੍ਹਾ 'ਤੇ ਨਾਮ ਲਿਖਿਆ ਜਾਏਗਾ ਸਟੂਡੈਂਟ ਦਾ, ਇਹ ਲਿਖਿਆ ਹੋਇਆ ਨਾਮ, ਬੱਚੇ ਨੇ ਇਸ ਜਗ੍ਹਾ 'ਤੇ ਆਪਣਾ ਪਹਿਲਾਂ ਨਾਮ ਲਿਖਣਾ ਹੈ ਜੀ, ਜੋ ਬੱਚੇ ਦਾ ਨਾਮ ਹੈ ਉਹ ਇਸ ਜਗ੍ਹਾ 'ਤੇ ਬੱਚੇ ਨੇ ਆਪਣਾ ਨਾਮ ਲਿਖ ਦੇਣਾ ਹੈ ਜੀ। ਨਾਮ ਲਿਖ ਕੇ ਅਤੇ ਇਸ ਜਗ੍ਹਾ 'ਤੇ ਬੱਚੇ ਨੇ ਆਪਣਾ ਰੋਲ ਨੰਬਰ ਲਿਖ ਦੇਣਾ ਹੈ, ਜੋ ਵੀ ਉਸਦਾ ਕਲਾਸ ਦਾ ਰੋਲ ਨੰਬਰ ਹੈ। ਅਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਨੀਚੇ ਜੀ ਸਕੂਲ ਮੈਨੇਜਮੈਂਟ। ਸਕੂਲ ਮੈਨੇਜਮੈਂਟ ਆਪਣੇ ਕੋਲ ਹੈ, ਮੰਨ ਲਓ ਕਿ ਬੱਚਾ ਗੌਰਮੈਂਟ ਸਕੂਲ ਦਾ ਹੈ, ਤਾਂ ਉਸਨੇ ਗੌਰਮੈਂਟ ਸਕੂਲ ਵਾਲਾ ਜੋ ਨੰਬਰ 1 ਹੈ, ਇਹ ਦੇਖੋ ਨੰਬਰ ਗੌਰਮੈਂਟ ਸਕੂਲ ਦਾ ਬੱਚਾ ਹੈ, ਉਸਨੇ ਨੰਬਰ 1 ਨੂੰ ਇਸ ਤਰ੍ਹਾਂ ਪੂਰੀ ਤਰ੍ਹਾਂ ਡਾਰਕ ਕਰ ਦੇਣਾ ਹੈ ਜੀ। ਉਸ ਤੋਂ ਬਾਅਦ ਇਸ ਜਗ੍ਹਾ 'ਤੇ ਆਪਣੇ ਕੋਲ ਆ ਗਈ ਹੈ ਡੇਟ ਆਫ ਬਰਥ। ਡੇਟ ਆਫ ਬਰਥ ਬੱਚੇ ਨੇ ਭਰ ਦੇਣੀ ਹੈ, ਪਹਿਲਾਂ ਡੇਟ, ਫਿਰ ਮੰਥ ਅਤੇ ਫਿਰ ਈਅਰ। ਮੰਨ ਲਓ ਬੱਚੇ ਦਾ ਜੋ ਬਰਥ ਹੈ ਉਹ 20 ਅਗਸਤ ਦਾ ਹੈ 2013, ਅਤੇ ਉਸਨੇ ਇਸ ਤਰ੍ਹਾਂ ਪਾ ਦੇਣਾ ਹੈ ਜੀ 20 ਅਗਸਤ ਵਿੱਚ 08, ਅਤੇ 2013 ਦਾ ਬਰਥ ਹੈ, ਅਤੇ ਇੱਥੇ ਉਸਨੇ ਸਿਰਫ 13 ਪਾ ਦੇਣਾ ਹੈ। ਹੁਣ 2 ਦੇ ਨੀਚੇ 2 ਨੂੰ ਡਾਰਕ ਕਰ ਦੇਣਾ ਹੈ, 2 ਵਾਲੇ ਖਾਨੇ ਵਿੱਚ 2 ਭਰਿਆ ਹੈ, ਤਾਂ ਉਸਦੇ ਨੀਚੇ 2 ਨੂੰ ਡਾਰਕ ਕਰ ਦੇਣਾ ਹੈ। 0 ਦੇ ਨੀਚੇ 0 ਨੂੰ ਡਾਰਕ ਕਰ ਦੇਣਾ ਹੈ, ਜੋ ਵੀ ਉਹ ਪੈੱਨ ਯੂਜ਼ ਕਰ ਰਹੇ ਹਨ, ਬਲੂ ਪੈੱਨ ਜਾਂ ਬਲੈਕ ਜੋ ਬਾਲ ਪੈੱਨ ਹੈ, 0 ਦੇ ਨੀਚੇ ਫਿਰ 0 ਨੂੰ ਡਾਰਕ ਕਰ ਦੇਣਾ ਹੈ, 8 ਦੇ ਨੀਚੇ 8 ਨੂੰ ਡਾਰਕ ਕਰ ਦੇਣਾ ਹੈ, ਇਹ ਦੇਖੋ ਨੀਚੇ ਆਪਣੇ ਕੋਲ 8 ਆ ਜਾਏਗਾ, ਇਹ ਦੇਖੋ ਨੀਚੇ ਆਪਣੇ ਕੋਲ 8 ਆ ਗਿਆ, 8 ਦੇ ਨੀਚੇ 8 ਨੂੰ ਡਾਰਕ ਕਰ ਦੇਣਾ ਹੈ ਇਸ ਤਰ੍ਹਾਂ, ਫਿਰ 1 ਦੇ ਨੀਚੇ 1 ਨੂੰ ਡਾਰਕ ਕਰ ਦੇਣਾ ਹੈ, ਅਤੇ 3 ਦੇ ਨੀਚੇ ਦੇਖੋ 3 ਕਿੱਥੇ ਆ ਰਿਹਾ ਹੈ, ਇਸ ਜਗ੍ਹਾ 'ਤੇ
ਇਸ ਤਰ੍ਹਾਂ ਉਸਨੇ ਬੱਚੇ ਨੇ ਡਰ ਕਰ ਦੇਣਾ ਹੈ ਜੀ। ਅਤੇ ਉਸ ਤੋਂ ਬਾਅਦ ਹੁਣ ਆਪਣੇ ਕੋਲ ਨੀਚੇ ਆ ਗਿਆ ਹੈ, ਇਹ ਭਰਨ ਤੋਂ ਬਾਅਦ ਆਪਣੇ ਕੋਲ ਆ ਜਾਏਗਾ ਜੀ ਯੂਡਾਈਸ ਸਕੂਲ। ਸਕੂਲ ਦਾ ਜੋ ਯੂਡਾਈਸ ਹੈ ਉਹ ਤੁਹਾਨੂੰ ਸਕੂਲ ਵੱਲੋਂ ਪ੍ਰੋਵਾਈਡ ਕਰਵਾਇਆ ਜਾਏਗਾ। ਸਕੂਲ ਦੇ ਟੀਚਰ ਤੁਹਾਨੂੰ ਦੱਸ ਦੇਣਗੇ ਕਿ ਸਕੂਲ ਦਾ ਯੂਡਾਈਸ ਕੀ ਹੈ। ਮੰਨ ਲਓ ਇਸ ਤਰ੍ਹਾਂ ਹੈ 0, 30, 30, 100, 101, ਮੰਨ ਲਓ ਇਸ ਤਰ੍ਹਾਂ ਸਕੂਲ ਦਾ ਯੂਡਾਈਸ ਹੈ। ਅਤੇ ਪਹਿਲਾਂ ਦੇਖੋ 0 ਹੈ, 0 ਦੇ ਨੀਚੇ 0 ਨੂੰ ਡਾਰਕ ਕਰ ਦੇਣਾ ਹੈ, 3 ਦੇ ਨੀਚੇ 3 ਨੂੰ ਡਾਰਕ ਕਰ ਦੇਣਾ ਹੈ। ਇਸ ਤਰ੍ਹਾਂ ਸਾਰਾ ਹੀ ਤੁਸੀਂ ਯੂਡਾਈਸ ਭਰ ਦੇਣਾ ਹੈ। ਅਤੇ ਇਹ ਦੇਖੋ 0 ਦੇ ਨੀਚੇ 0 ਨੂੰ ਆਪਾਂ ਡਾਰਕ ਕਰ ਦੇਣਾ ਹੈ ਅਤੇ 1 ਦੇ ਨੀਚੇ 1 ਨੂੰ ਤੁਸੀਂ ਇਸ ਤਰ੍ਹਾਂ ਡਾਰਕ ਕਰ ਦੇਣਾ। ਅਤੇ ਇਸ ਜਗ੍ਹਾ ਸਟੂਡੈਂਟ ਆਈਡੀ ਆ ਜਾਏਗਾ। ਸਟੂਡੈਂਟ ਆਈਡੀ ਕੀ ਹੈ? ਸਟੂਡੈਂਟ ਦੀ ਈ ਪੰਜਾਬ ਆਈਡੀ, ਉਹ ਵੀ ਤੁਹਾਨੂੰ ਟੀਚਰ ਦੱਸ ਦੇਣਗੇ ਕਿ ਤੁਹਾਡੀ ਈ ਪੰਜਾਬ ਆਈਡੀ ਕੀ ਹੈ। ਮੰਨ ਲਓ ਸਟੂਡੈਂਟ ਦੀ ਆਈਡੀ ਹੈ ਜੀ 3450412, ਇਸ ਤਰ੍ਹਾਂ ਈ ਪੰਜਾਬ ਆਈਡੀ ਹੈ। ਅਤੇ ਇਸ ਦਾ ਤੁਸੀਂ 3 ਦੇ ਨੀਚੇ 3 ਦੇਖੋ ਕਿੱਥੇ ਆ ਰਿਹਾ, ਇਸ ਜਗ੍ਹਾ 'ਤੇ, ਅਤੇ 3 ਨੂੰ ਡਾਰਕ ਕਰ ਦੇਣਾ ਹੈ, 4 ਨੂੰ ਡਾਰਕ ਕਰ ਦੇਣਾ ਹੈ, ਅਤੇ ਲਾਸਟ ਵਿੱਚ 2 ਹੈ, ਅਤੇ ਆਪਾਂ 2 ਦੇ ਨੀਚੇ 2 ਨੂੰ ਡਾਰਕ ਕਰ ਦੇਣਾ ਹੈ। ਅਤੇ ਇਸ ਨੂੰ ਆਪਾਂ ਯੂਡਾਈਸ ਕੋਡ ਵੀ ਭਰ ਲਿਆ ਸਕੂਲ ਦਾ, ਸਟੂਡੈਂਟ ਆਈ ਡੀ ਵੀ ਭਰ ਲਿਆ ਹੈ। ਅਤੇ ਨੀਚੇ ਦੇਖੋ ਹੁਣ ਆਪਾਂ ਕੁਛ ਨੂੰ ਆ ਗਏ ਹਨ ਰਿਸਪੋਂਸਸ, ਜੋ ਆਪਣੇ ਕੁਸ਼ਚਨਸ ਹਨ, ਤੁਹਾਨੂੰ ਕੁਸ਼ਚਨ ਪੇਪਰ ਮਿਲੇਗਾ। ਹੁਣ ਉਸ ਕੁਸ਼ਚਨ ਪੇਪਰ ਦੇ ਵਿੱਚ ਟੋਟਲ ਕੁਸ਼ਚਨ ਕਿੰਨੇ ਹੋਣਗੇ? ਧਿਆਨ ਨਾਲ ਦੇਖੋ, ਹੁਣ ਆਪਣੇ ਕੋਲ 1 ਤੋਂ ਸ਼ੁਰੂ ਹੋ ਰਿਹਾ ਹੈ, 1 ਤੋਂ ਲੈ ਕੇ ਟੋਟਲ ਕੁਸ਼ਚਨ ਦੇਖੋ ਆਪਣੇ ਕੋਲ ਕਿੰਨੇ ਹਨ ਜੀ, 80 ਕੁਸ਼ਚਨ। ਇਹ ਹੁਣ ਟੋਟਲ 1 ਤੋਂ ਲੈ ਕੇ 80 ਕੁਸ਼ਚਨ ਹਨ। ਪਹਿਲੇ ਜੋ 20 ਕੁਸ਼ਚਨ ਹਨ, ਹੁਣ ਦੇਖੋ ਜੀ, ਪਹਿਲੇ ਆਪਣੇ ਕੋਲ ਜੋ 1 ਤੋਂ ਲੈ ਕੇ 20 ਤੱਕ ਪਹਿਲੇ 20 ਕੁਸ਼ਚਨ ਹਨ, ਉਸ ਹੁਣ ਤੁਹਾਡੇ ਪੰਜਾਬੀ ਦੇ ਹੋਣਗੇ ਜੀ, ਚਾਹੇ 9th ਕਲਾਸ ਹੈ ਅਤੇ ਚਾਹੇ ਉਹ 10th ਕਲਾਸ ਹੈ, ਪਹਿਲੇ ਪੰਜਾਬੀ ਦੇ। ਫਿਰ 21 ਤੋਂ ਲੈ ਕੇ 40 ਤੱਕ ਜੋ ਤੁਹਾਡੇ ਕੁਸ਼ਚਨ ਹਨ ਉਹ ਹੋਣਗੇ ਜੀ ਮੈਥ ਵਿਸ਼ੇ ਦੇ, MCQ ਟਾਈਪ। ਇਸੇ ਤਰ੍ਹਾਂ 41 ਤੋਂ ਲੈ ਕੇ 60 ਤੱਕ ਜੋ ਤੁਹਾਡੇ ਕੁਸ਼ਚਨ ਹੋਣਗੇ ਉਹ ਆਪਣੇ ਕੋਲ ਹੋ ਜਾਣਗੇ ਜੀ ਸਾਇੰਸ ਵਿਸ਼ੇ ਦੇ। ਇਹ ਤੀਸਰੇ ਜੋ ਆਪਣੇ ਕੋਲ ਸਾਇੰਸ ਵਿਸ਼ੇ ਦੇ ਕੁਸ਼ਚਨ ਹੋਣਗੇ ਤੁਹਾਡੇ ਕੋਲ। ਅਤੇ 61 ਤੋਂ ਲੈ ਕੇ 80 ਤੱਕ ਇਹ ਆਪਣੇ ਕੋਲ ਜੋ 20 ਕੁਸ਼ਚਨ ਹਨ ਇਹ ਹੋ ਜਾਣਗੇ ਤੁਹਾਡੇ ਕੋਲ ਜੀ SS ਵਿਸ਼ੇ ਦੇ। ਇਸ ਤਰ੍ਹਾਂ ਟੋਟਲ ਤੁਹਾਡੇ ਕੋਲ 80 ਕੁਸ਼ਚਨ ਆਉਣਗੇ। ਉਹ ਹਰ ਵਾਰ ਜਦੋਂ ਤੁਹਾਡਾ ਪੇਪਰ ਹੋਇਆ ਕਰੇਗਾ, ਚਾਹੇ 20 ਅਗਸਤ ਨੂੰ ਹੈ, ਚਾਹੇ 30 ਨੂੰ ਹੈ, ਉਸ ਤੋਂ ਬਾਅਦ ਨਵੰਬਰ ਦੇ ਵਿੱਚ ਹੈ, ਦਸੰਬਰ ਦੇ ਵਿੱਚ ਹੈ, ਅਤੇ ਇਸ ਤਰ੍ਹਾਂ ਸਾਰੇ ਹੀ ਜੋ ਪੇਪਰ ਹਨ ਉਹ ਤੁਹਾਡੇ 80-80 ਨੰਬਰ ਦੇ ਹੀ ਹੋਣਗੇ। 1 ਤੋਂ ਲੈ ਕੇ 20 ਤੱਕ ਪੰਜਾਬੀ ਵਾਲੇ ਕੁਸ਼ਚਨ ਹੋਣਗੇ, 21 ਤੋਂ ਲੈ ਕੇ 40 ਤੱਕ ਮੈਥ ਵਾਲੇ ਪ੍ਰਸ਼ਨ ਹੋਣਗੇ, 41 ਤੋਂ ਲੈ ਕੇ 60 ਤੱਕ ਆਪਣੇ ਕੋਲ ਸਾਇੰਸ ਵਿਸ਼ੇ ਦੇ ਕੁਸ਼ਚਨ ਹੋਣਗੇ, ਅਤੇ 61 ਤੋਂ ਲੈ ਕੇ 80 ਤੱਕ ਇਹ ਤੁਹਾਡੇ SS ਵਿਸ਼ੇ ਦੇ ਪੇਪਰ, ਇਸ SS ਵਿਸ਼ੇ ਦੇ ਜੋ ਕੁਸ਼ਚਨ ਹਨ ਉਹ ਹੋਣਗੇ। ਕਈ ਬੱਚਿਆਂ ਨੂੰ ਕਨਫਿਊਜ਼ਨ ਸੀ ਕਿ ਸ਼ਾਇਦ 1 ਪੇਪਰ ਹੀ 1 ਦਿਨ ਹੋਵੇਗਾ, ਬਟ ਤੁਹਾਡੇ ਜੋ ਸਾਰੇ ਹੀ ਪੇਪਰ, ਚਾਰੋਂ ਹੀ ਜੋ ਪੇਪਰ ਹਨ ਉਹ ਇੱਕੋ ਦਿਨ ਹੋਣੇ ਹਨ। ਉਹ ਚਾਹੇ ਆਪਣੇ ਕੋਲ ਜਿਸ ਤਰ੍ਹਾਂ ਤੁਹਾਨੂੰ 2-2 ਸ਼ੀਟਾਂ ਆ ਰਹੀਆਂ ਹਨ, 20 ਤਰੀਕ ਵਾਲੀਆਂ ਸ਼ੀਟਾਂ ਹੁਣ ਆਪਣੇ ਕੋਲ ਕੱਲ੍ਹ ਤੱਕ ਖਤਮ ਹੋ ਜਾਣਗੀਆਂ, ਉਸ ਤੋਂ ਬਾਅਦ ਤੁਸੀਂ ਜੋ 30 ਤਰੀਕ ਵਾਲੀਆਂ ਸ਼ੀਟਾਂ ਹਨ ਸ਼ੀਟ ਨੰਬਰ 3 ਅਤੇ 4 ਦੀ ਤਿਆਰੀ ਸ਼ੁਰੂ ਕਰ ਦੇਣੀ ਹੈ। ਉਹ ਵੀ ਸੇਮ ਜਦੋਂ 30 ਅਗਸਤ ਨੂੰ ਤੁਹਾਡਾ ਪੇਪਰ ਹੋਏਗਾ ਤਾਂ ਉਹ ਵੀ ਸੇਮ ਇਸੇ ਤਰ੍ਹਾਂ ਹੀ ਆਏਗਾ, ਤੁਹਾਡੇ ਕੋਲ 80-80 ਨੰਬਰ ਦਾ ਪੇਪਰ ਹੀ ਹੋਇਆ ਕਰੇਗਾ। ਹੋਪਸ ਨੂੰ ਤੁਹਾਨੂੰ ਜੋ ਸਾਰੀ ਇਨਫੋਰਮੇਸ਼ਨ ਹੈ ਉਹ ਅੱਛੀ ਤਰ੍ਹਾਂ ਸਮਝ ਲੱਗ ਗਈ ਹੋਏਗੀ। ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹੈ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਜੀ, ਅਤੇ ਇਸ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ, ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ 'ਤੇ ਜ਼ਰੂਰ ਔਨ ਕਰ ਲੈਣਾ ਹੈ, ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਹੁਣ ਸੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ। ਉਦੋਂ ਤੱਕ ਲਈ ਧੰਨਵਾਦ।